ਆਖਰ ਸਰਕਾਰ ਦੀਆਂ ਅੱਖਾਂ ਖੋਲਣ ਲਈ ਕ੍ਰਿਸ਼ੀ ਖਿਲਾਫ ਬਣਾਏ ਕਾਲੇ ਕਾਨੂੰਨਾਂ ਦਾ ਪੇੜ ਕਿਸ ਤਰ੍ਹਾਂ ਖੋਲਿਆ ਐਡਵੋਕੇਟ ਜੋਗਿੰਦਰ ਸਿੰਘ ਤੂਰ ਨੇ ਦੇਖੋ ਕਾਲੇ ਕਾਨੂੰਨਾਂ ਵਿੱਚ ਕੀ ਹੈ ਕਾਲਾ ਜੋ ਕਿ ਸਰਕਾਰ ਨੂੰ ਨਹੀਂ ਦਿਖ ਰਿਹਾ ਸੋ ਇਹਦੇ ਵਿੱਚ ਕਿਤਾਬ ਦੇ ਵਿੱਚ ਮੈਂ ਸਾਰੇ ਜਿਹੜੇ ਪੱਖ ਨੇ ਉਹ ਖੋਲਣ ਦੀ ਕੋਸ਼ਿਸ਼ ਕੀਤੀ ਹੈ ਔਰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਕੀ ਕੀ ਨੁਕਸ ਹੈ ਕੱਲੀ-ਕੱਲੀ ਗੱਲ ਬਾਰੇ ਮੈਂ ਉਹਨੂੰ ਉਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕੀਤੀ ਹੈ ਤੇ ਨਾਲ ਉਹਦੇ ਪਿਛਟ ਪਿਛਟ ਭੂਮੀ ਵੀ ਦਿੱਤੀ ਹੈ ਕਿ ਅੰਤਰਰਾਸ਼ਟਰੀ ਲੈਵਲ ਦੇ ਵਿੱਚ ਕੀ ਜੋ ਹੋ ਰਿਹਾ ਉਸੇ ਪਾਸੇ ਨੂੰ ਹਿੰਦੁਸਤਾਨ ਤੁਰਿਆ ਹੋਇਆ ਜਿਸ ਨੂੰ ਰੋਕਣ ਦੀ ਲੋੜ ਹੈ ਤੇ ਕਿਸਾਨ ਐਸੋਲੇ ਇਹੋ ਜੀ ਇੱਕ ਖਾਈ ਤੇ ਖੜੇ ਨੇ ਜੇ ਜਦੋਂ ਵੀ ਉੱਥੇ ਉਹਨਾਂ ਟੱਕਾ ਦਿੱਤਾ ਗਿਆ ਜੀ ਡਿੱਗ ਪਿਆ ਉਹਦੇ ਵਿੱਚ ਤਾਂ ਕਦੇ ਬਾਹਰ ਨਹੀਂ ਆ ਸਕਣਗੇ ਕਿਸਾਨਾਂ ਦੀ ਹਾਲਤ ਐਸੋਲੀ ਹੈ ਸੋ ਇਹ ਜਿਹੜੀ ਕਿਤਾਬ ਹੈ ਇਹ ਕਿਸਮ ਦੇ ਮੈਂ ਡਾਕੂਮੈਂਟ ਹੈ ਜਿਹੜਾ ਸਰਕਾਰ ਨੂੰ ਜਵਾਬ ਦਿੰਦਾ ਹੈ ਕਿ ਨਹੀਂ ਇਹਨਾਂ ਦੇ ਵਿੱਚ ਜਿਹੜਾ ਬਹੁਤ ਕੁਝ ਗਲਤ ਹੈ ਔਰ ਇਹ ਕਿ ਕਾਲਾ ਉਹ ਸਾਰੇ ਕਿਤਾਬ ਵਿੱਚ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਂ ਸਮਝਦਾ ਕਿ ਮੇਰੀ ਇਹ ਕਿਤਾਬ ਟੂ ਟੂ ਦੀ ਪੁਆਇੰਟ ਤੇ ਬਰੀਫ ਇਹਨਾਂ ਗੱਲਾਂ ਦਾ ਜਿਹੜਾ ਜੋ ਸਰਕਾਰ ਨੂੰ ਜਵਾਬ ਹੈ ਪਾਰਸ ਸੰਦੇਸ਼ ਲਈ ਦਿੱਲੀ ਤੋਂ ਰਵਿੰਦਰ ਸਿੰਘ ਦੀ ਰਿਪੋਰਟ